ਸਤਿ ਸ਼੍ਰੀ ਅਕਾਲ ਜੀ, ਮੈਂ ਨਿਮਰਤ ਖੈਰਾ ਔਰ ਹੰਬਲ ਮਿਊਜ਼ਿਕ ਦੇ ਲੇਬਲ ਅੰਡਰ ਮੇਰਾ ਗਾਣਾ ਹੈ ਡਿਜ਼ਾਈਨਰ। ਸੋ ਅੱਜ ਅਸੀਂ ਉਹਦੀ ਪ੍ਰਮੋਸ਼ਨਸ ਤੇ ਹਾਂ। ਹੁੰਦੀ ਨਹੀਂ ਕਿਸੇ ਕੇ ਸ਼ਾਇ ਲੈਂਬੋ ਤਲਾ ਕੇ ਕਰੂਸ। ਅਸੀਂ ਕਾਫੀ ਸਾਰੀਆਂ ਡਮੀਜ਼ ਕੀਤੀਆਂ ਸੀਗੀਆਂ ਅਰਬਨ ਗਾਣੇ ਦੀਆਂ 3-4। ਸੋ ਉਹਦੇ 'ਚੋਂ ਅਸੀਂ ਡਿਸਾਈਡ ਕੀਤਾ ਕਿ ਆਹ ਡਿਜ਼ਾਈਨਰ ਜਿਹੜਾ ਇਹ ਪਹਿਲੇ ਨੰਬਰ 'ਤੇ ਕਰੀਏ। ਗਿੱਪੀ ਸਰ ਉਹਨਾਂ ਨੂੰ ਗਾਣਾ ਪਸੰਦ ਆਇਆ, ਉਹਨਾਂ ਨੇ ਕਿਹਾ ਕਿ ਇਹ ਗਾਣਾ ਅਸੀਂ ਕਰਦੇ ਹਾਂ ਆਪਣੇ ਲੇਬਲ ਅੰਡਰ। ਖਲੀ ਪੰਜੇ ਨਖਰੇ ਨਨਾਰ ਦੇ ਅੱਛਾ, ਬਲਜੀਤ ਸਿੰਘ ਦਿਓ ਭਾਜੀ ਨੇ ਵਨ ਆਫ ਦਾ ਬੈਸਟ ਮੇਰੇ ਹਿਸਾਬ ਨਾਲ ਕੋਈ ਗਾਣਾ ਬਣਾਉਣ ਜਾਂ ਮੂਵੀ ਬਣਾਉਣ ਅਮੇਜ਼ਿੰਗ ਕੰਮ ਹੁੰਦਾ ਹੈ, ਉਹਨਾਂ ਨਾਲ ਐਕਸਪੀਰੀਅੰਸ ਕਿੱਦਾਂ ਰਿਹਾ? ਹਾਂ, ਹੀ ਇਜ਼ ਵਨ ਮੈਨ ਆਰਮੀ, ਨੋ ਡਾਊਟ। ਬਹੁਤ ਜ਼ਿਆਦਾ ਵਧੀਆ ਐਕਸਪੀਰੀਅੰਸ ਰਿਹਾ, ਬਿਕਾਜ਼ ਹਰ ਆਰਟਿਸਟ ਦਾ ਡ੍ਰੀਮ ਉਹਨਾਂ ਨਾਲ ਵੀਡੀਓ ਕਰਨੀ। ਸੋ ਮੈਂ ਬਹੁਤ ਆਪਣੇ ਕਰੀਅਰ ਦੇ ਸਟਾਰਟ ਦੇ ਵਿੱਚ ਹੀ ਆਲਮੋਸਟ ਵੀਡੀਓ ਕਰ ਲਿਆ ਉਹਨਾਂ ਨਾਲ। ਫੇਵਰੇਟ ਲਾਈਨ ਕਿੱਦਾਂ? ਕੁੜੀ ਡਿਜ਼ਾਈਨਰ ਪਾਉਂਦੀ ਆ, ਮੇਰੇ ਦਿਮਾਗ 'ਚ ਸੀ ਕੁੜੀ ਪੈਸੇ ਉਡਾਉਂਦੀ ਆ। ਹਾਂ, ਉਹ ਵੀ ਮੇਰੇ ਦਿਮਾਗ 'ਚ ਰਹੇ ਨੇ ਸ਼ੌਂਕ, ਚਾਹੇ ਬੋਲੀ ਜਾਣ ਲੋਕ, ਬਸ ਪੈਸੇ ਉਡਾਉਂਦੀ ਆ। ਮੈਂ ਉਡਾਉਂਦੀ ਨਹੀਂ। ਡਿਜ਼ਾਈਨਰ ਪਾਉਂਦੀ ਆ, ਡਿਜ਼ਾਈਨਰ ਪਾਉਂਦੀ ਆ, ਸਤੋਆ ਕੇ ਸ਼ੂਜ਼ ਤੱਕ। ਹੰਬਲ ਮਿਊਜ਼ਿਕ ਗਿੱਪੀ ਗਰੇਵਾਲ ਹੁਣਾਂ ਦੀ ਉਹਨਾਂ ਦਾ ਲੇਬਲ ਆ। ਉਹਨਾਂ ਨਾਲ ਪਹਿਲਾਂ ਵੀ ਦੁਬਈ ਵਾਲੇ ਸ਼ੇਕ ਕੀਤਾ ਸੀ, ਉਹ ਬਹੁਤ ਡਿਫਰੈਂਟ ਸੀਗਾ। ਸੋ ਫਿਰ ਉਹਨਾਂ ਨੇ ਨਵਾਂ ਲੇਬਲ ਖੋਲ੍ਹਿਆ ਹੰਬਲ ਮਿਊਜ਼ਿਕ, ਸੋ ਇੱਥੇ ਇਹ ਗਾਣਾ ਕੀਤਾ, ਇਹ ਵੀ ਬਿਲਕੁਲ ਡਿਫਰੈਂਟ ਕੀਤਾ। ਸੋ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਕੁੜੀ ਡਿਜ਼ਾਈਨਰ ਪਾਉਂਦੀ ਆ, ਡਿਜ਼ਾਈਨਰ ਪਾਉਂਦੀ ਆ।